ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਫਤਿਹ ਸਿੰਘ, ਡਾਕਟਰ ਸੁਮਿਤਾ ਸੋਫਤ ਹਸਪੀਟਲ ਤੋਂ, ਅੱਜ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਰੂਬਰੂ ਕਰਾਉਣ ਜਾ ਰਿਹਾ ਜੀ ਡਾਕਟਰ ਸੁਮਿਤਾ ਸੋਫਤ ਜੀ ਦੀ ਇੱਕ ਹੋਰ ਮਿਹਨਤ। ਤੇ ਮੇਰੇ ਨਾਲ ਬੈਠੇ ਨੇ ਜੀ ਰਾਜਵੀਰ ਕੌਰ, ਸਰਬਜੀਤ ਸਿੰਘ, ਤੇ ਇਹ ਅੰਬਾਲਾ ਸਿਟੀ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੇ ਵਿਆਹ ਨੂੰ ਜੀ 3 ਸਾਲ ਦਾ ਸਮਾਂ ਹੋ ਗਿਆ ਸੀ। ਇਹਨਾਂ 3 ਸਾਲਾਂ ਦੇ ਵਿੱਚ ਇਹਨਾਂ ਨੇ ਮੈਡੀਸਨ ਵਗੈਰਾ ਲਈ, ਬੱਚਾ ਹੋਣ ਦੀ ਪ੍ਰੈਗਨੈਂਸੀ ਦੀ, ਡਾਕਟਰ ਨੂੰ ਕੰਸਲਟ ਵੀ ਕੀਤਾ, ਪਰ ਕਿਤੋਂ ਵੀ ਜਿਹੜਾ ਇਹਨਾਂ ਨੂੰ ਸਹੀ ਰਿਜ਼ਲਟ ਜਿਹੜਾ ਨਹੀਂ ਮਿਲਿਆ। ਉਸ ਤੋਂ ਬਾਅਦ ਜੀ ਇਹਨਾਂ ਨੂੰ ਡਾਕਟਰ ਸੁਮਿਤਾ ਸੋਫਤ ਹਸਪੀਟਲ ਬਾਰੇ ਪਤਾ ਲੱਗਿਆ, ਤੇ ਇਹਨਾਂ ਨੇ ਉਹਨਾਂ ਦਾ ਜੋ ਵੀਡੀਓਜ਼ ਵਗੈਰਾ ਡਾਕਟਰ ਸੁਮਿਤਾ ਸੋਫਤ ਜੀ ਦੀਆਂ ਯੂਟਿਊਬ ਤੇ ਵੀਡੀਓਜ਼ ਵਗੈਰਾ ਦੇਖੀਆਂ, ਤੇ ਉਹ ਸਾਰਾ ਡਾਟਾ ਇਕੱਠਾ ਕਰਕੇ ਇਹਨਾਂ ਨੇ, ਹਸਬੈਂਡ ਵਾਈਫ ਨੇ ਮਿਲ ਕੇ ਮਨ ਬਣਾਇਆ ਡਾਕਟਰ ਸੁਮਿਤਾ ਸੋਫਤ ਜੀ ਤੋਂ ਇਲਾਜ ਕਰਵਾਉਣ ਦਾ। ਉਸ ਤੋਂ ਬਾਅਦ ਜੀ ਇਹ ਅਪਾਇੰਟਮੈਂਟ ਲੈ ਕੇ ਡਾਕਟਰ ਸੁਮਿਤਾ ਸੋਫਤ ਹਸਪੀਟਲ ਵਿੱਚ ਆਏ, ਤੇ ਜਿਹੜਾ ਇਹ ਵਾਕਿਆ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਇਹ 2021 ਦਾ ਹੈ। ਤੇ 2021 ਦੇ ਵਿੱਚ ਇਹ ਆਏ ਸਾਡੇ ਕੋਲ, ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਆਪਣਾ ਇਲਾਜ ਕੰਸਲਟ ਕਰਕੇ ਮੈਮ ਨੂੰ ਸ਼ੁਰੂ ਕੀਤਾ, ਤੇ ਇਕਸੀ ਵਿਧੀ ਰਾਹੀਂ ਜਿਹੜਾ ਇਹਨਾਂ ਦਾ ਇਲਾਜ ਸਟਾਰਟ ਕੀਤਾ ਗਿਆ, ਤੇ ਇਲਾਜ ਇਹਨਾਂ ਦਾ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ, ਨਵੀਆਂ ਤਕਨੀਕਾਂ ਨਾਲ ਕੀਤਾ ਗਿਆ। ਉਸ ਤੋਂ ਬਾਅਦ ਜੀ ਡਾਕਟਰ ਸੁਮਿਤਾ ਸੋਫਤ ਜੀ ਨੇ ਜੋ ਇਹਨਾਂ ਦਾ ਇਲਾਜ ਕੀਤਾ, ਉਸ ਤੋਂ 20 ਦਿਨ ਦੇ ਬਾਅਦ ਜੋ ਜਦੋਂ ਅਸੀਂ ਇਹਨਾਂ ਨੂੰ ਪ੍ਰੈਗਨੈਂਸੀ ਦਾ ਟੈਸਟ ਕਰਵਾਉਣ ਲਈ ਆਖਿਆ ਸੀ, ਤਾਂ ਉਹਦੀ ਜਿਹੜੀ ਰਿਪੋਰਟ ਹੈ ਪ੍ਰੈਗਨੈਂਸੀ ਦੀ, ਉਹ ਪੋਜ਼ਿਟਿਵ ਆ ਗਈ ਸੀ। ਇਹਨਾਂ ਦੀ ਪ੍ਰੈਗਨੈਂਸੀ ਜਿਹੜੀ ਆ ਠਹਿਰ ਗਈ ਸੀ, ਤੇ ਉਹਦੇ 9 ਮਹੀਨੇ ਬਾਅਦ 2022 ਦੇ ਵਿੱਚ ਇਹਨਾਂ ਦੇ ਘਰ ਬੇਟੇ ਨੇ ਜਨਮ ਲਿਆ। ਤੇ ਅੱਜ ਇਹ ਡਾਕਟਰ ਸੁਮਿਤਾ ਸੋਫਤ ਜੀ ਦਾ ਦਿਲ ਤੋਂ ਧੰਨਵਾਦ ਕਰਨ ਲਈ ਆਏ ਨੇ, ਤੇ ਅੱਗੇ ਸੈਕਿੰਡ ਬੇਬੀ ਲਈ ਟ੍ਰੀਟਮੈਂਟ ਜਿਹੜਾ ਸਟਾਰਟ ਕਰਨ ਲਈ ਆਏ ਨੇ। ਤੇ ਡਾਕਟਰ ਸੁਮਿਤਾ ਅੱਗੇ ਤੇ ਸਾਰੇ ਸਟਾਫ ਦਾ ਇਹ ਧੰਨਵਾਦ ਵੀ ਕਰਦੇ ਨੇ, ਤੇ ਅੱਗੇ ਹੋਰ ਵੀ ਜਿਹੜੇ ਬਿਆਲਾਦ ਜੁੜੇ ਨੇ ਉਹਨਾਂ ਨੂੰ ਅੱਗੇ ਇਹੀ ਕਹਿੰਦੇ ਨੇ ਕਿ ਨਿਰਾਸ਼ ਹੋ ਕੇ ਘਰ ਨਾ ਬੈਠੋ, ਇੱਕ ਵਾਰੀ ਜਿਹੜਾ ਡਾਕਟਰ ਸੁਮਿਤਾ ਸੋਫਤ ਹਸਪੀਟਲ ਜ਼ਰੂਰ ਜਿਹੜਾ ਵਿਜ਼ਿਟ ਕਰੋ। ਧੰਨਵਾਦ ਜੀ।